एबीपी सांझा देख रहे दर्शकों का स्वागत है। मैं चरणजीत कौर। वो रातों रात अमीर होना चाहते सी, इसे लिए कई महीनों तो प्लैनिंग कर रहे सी। ते फिर 9 और 10 जून की दरमियानी रात को उन्होंने लुधियाना दे विच करोड़ों रुपए लुटे भी, पर 4 दिन के अंदर ही पुलिस चोर का एक खेड मुक गया। लुधियाना लुट की सूत्रधार महिला सी। 6 मुलजम गिरफ्तार हो गए ने, पर मास्टर माइंड अजे भी फरार है। एक डाकू सुंदरी ते ओदे नाल जिदा मनदीप कौर ना है ते ओदे नाल 9 मेंबर ते मुख तौर ते 2 सूत्रधार सी, एक मनदीप कौर लड़की, एक मनजिंदर मणि। मनजिंदर मणि पिछले 4 सालां तो इस कंपनी CMS कंपनी दा 4 साल तो इंप्लॉय सीगा। डाकू सुंदरी है जिहड़ी मनदीप कौर जिहड़ी वांटेड आ, हजे तक साडे कोलों हजे नहीं पकड़ी गई। लुधियाना लुट दी महिला सी सूत्रधार, 6 लुटेरे गिरफ्तार, पर अजे लुट दी मास्टरमाइंड मनदीप कौर है फरार, जिसने साजिश दा बुनिया सी जाल। लुधियाना दे डेलों दी रहन वाली मनदीप कौर दे साथी पावे फड़े गए, पर मनदीप कौर नू पुलिस तलाश रही है। 2 मॉड्यूल्स दे विच लुधियाना च 9 और 10 जून दी दरमियानी रात तो 1:30 बजे पौने घंटे दे अंदर वारदात नू अंजाम दिता अते फरार हो गए। पर 5 दिन बाद पुलिस नाल लुकन मीटी खेडन बाद पुलिस चोर दी खेड मुक्की अते हुण मुलजम अते करोड़ा रुपए कैश थवाडे सामने है। मनदीप कौर है जिहड़ी उहने सब तो पहला मनजिंदर मणि दे नाल प्लान कीती। इहनू मनजिंदर मणि नू इस राह दिखाया कि इस ढंग दा इन्ने पैसे आ तुसी कर सकदे हो। फिर इन्हां ने प्लान कीती, कुछ महीनियां तो इह प्लान नू वर्कआउट करदे आ रहे सी। ਜਦੋਂ ਉਸ ਗੱਲ ਦਾ ਉਹਨੂੰ ਕਲੀਅਰ ਹੋ ਗਿਆ ਸਾਰਾ ਕਿ ਇਹ ਕੰਪਨੀ ਦੇ ਵਿੱਚ ਬਿਲਕੁਲ ਜਿਹੜੇ ਨਾਮ ਮਾਲੂਮ ਜਿਹੜੇ ਹੈ ਸੁਰੱਖਿਆ ਇੰਤਜ਼ਾਮ ਹੈ ਜਿਹੜਾ, ਕਿਉਂਕਿ 4 ਸਾਲ ਤੋਂ ਜਿਹੜਾ ਉਹਦੇ 'ਚ ਕੈਸ਼ ਲੋਡ ਕਰਦਾ ਆ ਰਿਹਾ ਸੀਗਾ ਕੰਪਨੀ ਦਾ, ਉਹਨੂੰ ਪਤਾ ਸੀ। ਫਿਰ ਇਹਨਾਂ ਨੇ ਪਲਾਨ ਬਣਾਈ, 2 ਮੋਡਿਊਲ ਬਣਾਏ, ਇੱਕ ਜਿਹੜਾ 2 ਮੋਟਰਸਾਈਕਲ ਅਤੇ ਮਨਜਿੰਦਰ ਮਣੀ ਅਤੇ ਉਹਦੇ ਸਾਥੀ 2 ਮੋਟਰਸਾਈਕਲਾਂ 'ਤੇ 5 ਜਣੇ ਹੋ ਗਏ, ਅਤੇ ਜਿਹੜੀ ਮਨਦੀਪ ਕੌਰ ਅਤੇ ਉਹਦੇ ਨਾਲ 4 ਸਾਥੀ ਹੈ, 1 ਕਾਰ ਜਿਹੜੀ ਹੈ ਉਹਦੇ ਉਸ ਕਾਰ ਦੇ ਵਿੱਚ ਹੋ ਗਏ। ਮਨਜਿੰਦਰ ਸਿੰਘ ਮਨੀ ਉਹੀ ਸ਼ਖਸ ਹੈ ਜੋ 4 ਸਾਲਾਂ ਤੋਂ CMS ਕੰਪਨੀ 'ਚ ਕੰਮ ਕਰ ਰਿਹਾ ਸੀ, ਜਿਸ ਨੂੰ ਭੇਤ ਸੀ ਕਿ ਕੈਸ਼ ਕਿੱਥੇ ਹੈ ਤੇ ਕਿੱਥੇ-ਕਿੱਥੇ ਖਾਮੀਆਂ ਨੇ। ਸੁਰੱਖਿਆ ਕਮੀਆਂ ਦਾ ਫਾਇਦਾ ਚੁੱਕ ਮੁਲਜ਼ਮਾਂ ਨੇ ਕਰੋੜਾਂ ਉਡਾ ਲਏ। ਸੁਣੋ ਜ਼ਰਾ ਕਿਵੇਂ ਚਲਾਕੀ ਨਾਲ ਮੁਲਜ਼ਮਾਂ ਨੇ ਨਾ ਸਿਰਫ ਲੁੱਟ ਕੀਤੀ ਸਗੋਂ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ। ਜਿਹੜੀ ਮਨਦੀਪ ਕੌਰ ਲੜਕੀ ਹੈ ਉਹਦੇ ਵਿੱਚ ਉਹਨੇ ਪੌੜੀ ਜਿਹੜੀ ਆ ਉਹਦੇ ਵਿੱਚ ਉਹਨੂੰ ਉਹ ਕੀਤੀ, ਪੌੜੀ ਦਾ ਅਰੇਂਜ ਕੀਤਾ, ਫਿਰ ਉਹ ਕਟਰ ਲੈ ਕੇ ਆਏ ਨਾਲ, ਫਿਰ ਉਹ ਸੱਬਲ ਲੈ ਕੇ ਆਏ ਵਿਦਾਊਟ ਵੈਪਨ, ਜਿਹੜੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਸ਼ੱਕ ਜ਼ਾਹਰ ਕੀਤਾ ਸੀਗਾ ਵਿਦਾਊਟ ਵੈਪਨ। ਇਹਦੇ ਵਿੱਚ ਮੈਂ ਤੁਹਾਡੀ ਉਹ ਪਿਕਚਰ ਤੁਹਾਨੂੰ ਇੰਡੀਜ਼ੁਅਲ ਵੀ ਗਰੁੱਪਸ ਦੇ ਵਿੱਚ ਪਾ ਦਾਂਗੇ। ਇਹ ਡਾਕੂ ਸੁੰਦਰੀ ਆ ਜਿਹੜੀ ਮਨਦੀਪ ਕੌਰ ਜਿਹੜੀ ਵਾਂਟਡ ਆ, ਹਜੇ ਤੱਕ ਸਾਡੇ ਕੋਲੋਂ ਹਜੇ ਨਹੀਂ ਪਕੜੀ ਗਈ ਗੀ। ਜਿਹੜੀ ਇਹ ਮਨਦੀਪ ਕੌਰ ਨਾਂ ਦੀ ਲੜਕੀ ਆ ਜਿਹੜੀ ਇਹ ਇਸ ਕੇਸ ਦੇ ਵਿੱਚ, ਇਹ ਤੁਹਾਨੂੰ ਡਿਟੇਲ ਸ਼ੇਅਰ ਕਰ ਲਾਂਗੇ, ਇਹਦੀ ਪਿਕਚਰ ਤੁਸੀਂ ਲੈ ਲਿਓ ਜੀ। ਇਹ ਸਾਨੂੰ ਇਹਦੇ 'ਚ ਵਾਂਟਡ ਹੈ। ਇਹਨਾਂ ਨੇ ਪਿਛਲੇ ਪਾਸੋਂ ਅਸੈਸ ਕੀਤੀ, ਬੜੇ ਆਰਾਮ ਦੇ ਨਾਲ ਇਹ ਉਹਦੇ ਵਿੱਚ ਐਂਟਰ ਕਰ ਗਏ, ਕੰਧ ਦੇ ਨਾਲ ਐਂਟਰ ਕਰਕੇ, ਜਿਹੜਾ ਤੁਸੀਂ ਸਾਹਮਣੇ ਘਰ ਦਾ CCTV ਫੁਟੇਜ ਦੇ ਵਿੱਚ ਦੇਖਿਆ, ਸਾਡੇ ਕੋਲ ਇੱਕੋ ਕਲੂ ਸੀ, ਸਾਹਮਣੇ ਘਰ ਦਾ ਵਿੱਚ ਪਿੱਲਰ ਆਉਂਦੇ ਸੀ ਇੱਕ, ਕਿਉਂਕਿ ਕੰਪਨੀ ਦੇ 50 ਤੋਂ ਵੱਧ CCTV ਉਹ ਬਿਲਕੁਲ ਫੇਲ ਹੋ ਗਏ ਕਿਉਂਕਿ ਕੋਈ ਡਾਟਾ ਕਲਾਊਡ ਦੇ ਵਿੱਚ ਨਹੀਂ ਸੀ। ਵੈਨ ਚਲਾ ਕੇ ਲੈ ਕੇ ਗਿਆ ਉਹ ਮਨਜਿੰਦਰ ਮਣੀ ਨੇ ਚਲਾਈ ਆਪ ਵੈਨ। ਆ ਸਾਨੂੰ ਇਹ ਸੀ ਨਾ ਫਲਿੱਕਰ ਕਿਹਨੇ ਔਨ ਕਰਤਾ, ਜਿੰਨਾ ਚਿਕਰ ਜਿਹੜਾ ਕਿ ਫਲਿੱਕਰ ਜਿਹੜਾ ਔਨ ਕਰਦੇ ਜਾਂਦਾ ਇਹਦੀ ਸੁੱਚ ਵੱਖਰੇ ਤੌਰ 'ਤੇ ਲੱਗੀ ਹੋਈ ਹੈ। ਸਾਡਾ ਸਸਪੀਸ਼ਨ ਸੀ ਕੰਪਨੀ 'ਤੇ, ਵਾਰ ਵਾਰ ਉਦੋਂ ਦੇ ਰੈਗੂਲਰ 2 ਅਫਸਰ ਸਾਡੇ ਕੰਪਨੀ ਦੇ ਵਿੱਚ ਦਿਨੇ ਅਤੇ ਰਾਤ ਇਹਨਾਂ ਦੇ ਬੰਦਿਆਂ ਨਾਲ 125 ਬੰਦੇ ਦਾ ਫੁੱਟਫਾਲ ਹੈ ਉਹਦੇ ਵਿੱਚ ਬੈਠ ਰਹੇ ਸੀ, ਉਹਦੇ ਵਿੱਚ ਰਾਤ ਵੀ ਰਹਿ ਰਹੇ ਸੀ, ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਵੀ ਜਿਹੜਾ ਕਿ ਇਹਨਾਂ ਨੂੰ ਸਾਨੂੰ ਪਤਾ ਲੱਗ ਜਾਵੇ ਵੀ ਜਿਹੜੇ ਫਲਿੱਕਰ ਦੀ ਲਾਈਟ ਆ ਜਗਾਉਣੀ ਉਹ ਜਾਣਕਾਰ ਤੋਂ ਬਿਨਾਂ ਜਿਹਨੇ ਵੈਨ ਨਾ ਚਲਾਈ ਹੋਵੇ ਉਹ ਨਹੀਂ ਹੁੰਦਾ। ਅਤੇ ਸਾਡਾ ਸ਼ੱਕ ਜਿਹੜੀ ਲੰਕਾ ਹਮੇਸ਼ਾ ਘਰ ਦਾ ਭੇਤੀ ਢਾਉਂਦਾ, ਸਾਡਾ ਸ਼ੱਕ ਬਿਲਕੁਲ ਸਹੀ ਨਿਕਲਿਆ ਵੀ ਇਹ ਵੀ ਜਿਹੜਾ ਕ੍ਰਾਈਮ ਹੈ ਜਿਹੜਾ ਮਨਜਿੰਦਰ ਮਣੀ ਤੋਂ ਸ਼ੁਰੂ ਹੋਇਆ। ਮੁੱਖ ਮੁਲਜ਼ਮਾਂ 'ਚੋਂ ਮਨਜਿੰਦਰ ਸਿੰਘ ਮਣੀ ਫੜਿਆ ਗਿਆ। ਇਹ ਪਿੰਡ ਅਬੂਵਾਲ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਇਸ ਕੋਲੋਂ 1 ਕਰੋੜ ਰੁਪਇਆ ਬਰਾਮਦ ਹੋਇਆ। ਇਸ ਦੇ ਇਲਾਵਾ ਮਨਦੀਪ ਵਿੱਕੀ ਪਿੰਡ ਕੋਠੇ ਜਗਰਾਉਂ ਦਾ ਰਹਿਣ ਵਾਲਾ ਹੈ, ਇਸ ਕੋਲੋਂ ਮਿਲੇ ਨੇ 50 ਲੱਖ ਰੁਪਏ। ਹਰਵਿੰਦਰ ਲੰਬੂ
ਇਹ ਵੀ ਪਿੰਡ ਕੋਠੇ ਦਾ ਹੀ ਰਹਿਣ ਵਾਲਾ ਹੈ। ਇਸ ਕੋਲੋਂ ਮਿਲੇ ਨੇ 75 ਲੱਖ ਰੁਪਏ। ਪਰਮਜੀਤ ਪੰਮਾ ਇਹ ਪਿੰਡ ਕੌਂਕੇ ਕਲਾਂ ਜਗਰਾਉਂ ਦਾ ਰਹਿਣ ਵਾਲਾ ਹੈ। ਇਸ ਕੋਲੋਂ ਮਿਲੇ ਨੇ 25 ਲੱਖ ਰੁਪਏ। ਹਰਪ੍ਰੀਤ ਸਿੰਘ ਇਹ ਬਰਨਾਲਾ ਦਾ ਰਹਿਣ ਵਾਲਾ ਹੈ। ਘਰੋਂ 25 ਲੱਖ ਤੇ ਗੱਡੀ ਚੋਂ 2,25,700 ਰੁਪਏ ਬਰਾਮਦ ਹੋਏ ਨੇ। ਮੁਲਜ਼ਮਾਂ ਦੇ ਵਿੱਚ ਨਰਿੰਦਰ ਹੈਪੀ ਵੀ ਹੈ ਜੋ ਜਗਰਾਉਂ ਦੇ ਪਿੰਡ ਕੋਠੇ ਹਰੀ ਸਿੰਘ ਦਾ ਹੈ। ਇਸ ਤੋਂ ਇਲਾਵਾ ਮੁੱਖ ਮੁਲਜ਼ਮ ਮਨਦੀਪ ਕੌਰ ਬਰਨਾਲਾ ਦੇ ਰਾਮਗੜੀਆ ਰੋਡ ਦੀ ਰਹਿਣ ਵਾਲੀ ਹੈ ਤੇ ਉਸਦਾ ਪਤੀ ਜਸਵਿੰਦਰ ਸਿੰਘ। ਅਰੁਣ ਕੁਮਾਰ ਜੋ ਬਰਨਾਲਾ ਦੀ ਭਾਈ ਕਨਈਆ ਕਲੋਨੀ ਦਾ ਰਹਿਣ ਵਾਲਾ ਹੈ ਤੇ 10ਵਾਂ ਮੁਲਜ਼ਮ ਹੈ ਨੰਨੀ। ਕਈ ਮਹੀਨਿਆਂ ਤੋਂ ਯੋਜਨਾ ਸਿਰੇ ਚੜਾਉਣ ਲਈ ਇਹ ਟੀਮ ਬਣਾਈ ਸੀ ਪਰ ਕਹਿੰਦੇ ਨੇ ਕਿ ਮੁਲਜ਼ਮ ਕਿੰਨਾ ਵੀ ਸ਼ਾਤਿਰ ਕਿਉਂ ਨਾ ਹੋਵੇ ਕੋਈ ਨਾ ਕੋਈ ਸੁਰਾਗ ਤਾਂ ਛੱਡ ਹੀ ਦਿੰਦਾ ਹੈ। ਜ਼ੋਰ ਤਾਂ ਇਹਨਾਂ ਨੇ ਵੀ ਬਹੁਤ ਲਾਇਆ ਸੀ। ਵਾਰਦਾਤ ਦੌਰਾਨ ਕਿਸੇ ਫੋਨ ਦਾ ਇਸਤੇਮਾਲ ਨਹੀਂ ਹੋਇਆ। ਮੁਲਜ਼ਮ ਵੱਖ ਵੱਖ ਥਾਵਾਂ ਤੇ ਇਕੱਠੇ ਹੋਏ ਸਨ ਅਤੇ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਇਕੱਠੇ ਹੋ ਗਏ ਨੇ। ਇਹ ਵੱਖ ਵੱਖ ਥਾਵਾਂ ਤੋਂ ਹੋਇਆ ਜੀ, ਵੱਖ ਵੱਖ ਟੀਮਾਂ ਦੇ ਵਿੱਚ ਹੋਇਆ। ਕੁਛ ਬਰਨਾਲੇ ਤੋਂ ਅਰੈਸਟ ਹੋਇਆ ਤੇ ਕੁਛ ਇਹਦੇ ਵਿੱਚੋਂ ਸਾਨੂੰ ਜਗਰਾਉਂ ਏਰੀਏ ਚੋਂ ਅਰੈਸਟ ਹੋਇਆ। ਇੱਕ ਕੌਂਕੇ ਤੋਂ, ਕੌਂਕੇ ਇੱਕ ਗਰੁੱਪ ਇਕੱਠਾ ਹੋ ਕੇ ਉਧਰੋਂ ਚੱਲਿਆ ਸੀ ਤੇ ਇੱਕ ਇਹਨਾਂ ਨੇ ਕਿਹਾ ਸੀ ਰਸਤੇ 'ਚ ਕਿਤੇ ਨਹੀਂ ਕਰਨਾ, ਜਗਰਾਉਂ ਇੱਕ ਪੁਲ ਦੇ ਥੱਲੇ ਆ ਕੇ ਮਿਲਣਾ, ਫਿਰ ਉਸ ਤੋਂ ਬਾਅਦ ਅਸੀਂ ਵਾਪਸ ਜਾ ਕੇ ਵਾਰਦਾਤ ਕਰਨੀ ਆ ਵਾਪਸੀ ਤੇ ਫਿਰ ਜਾ ਕੇ ਮੋਬਾਈਲ ਨਹੀਂ ਯੂਜ਼ ਕਰਨਾ, ਉੱਥੇ ਜਾ ਕੇ ਹੀ ਵੈਨ ਦੇ ਵਿੱਚ ਕੋਲੇ ਮਿਲਣਾ। ਸਾਰੇ ਬੰਦੇ ਪੰਜਾਬ ਤੋਂ ਕਿ ਇੱਕ ਤਾਂ ਮਨਦੀਪ ਦਾ ਹਸਬੈਂਡ ਹੋ ਗਿਆ, ਇੱਕ ਅਰੈਸਟ ਕੀਤਾ ਵਾ ਮਨਦੀਪ ਦਾ ਭਰਾ ਹੋ ਗਿਆ, ਤਿੰਨ ਤਾਂ ਇਹ ਰਿਸ਼ਤੇਦਾਰੀ ਹੋ ਗਏ ਆਪਸ ਦੇ ਵਿੱਚ, ਇੱਕ ਮਨਜਿੰਦਰ ਮਣੀ ਦੇ ਮਾਮੇ ਦਾ ਮੁੰਡਾ ਹੋ ਗਿਆ। ਹਾਂ, ਮਤਲਬ ਕੁਛ ਰਿਲੇਟਡ ਹੈ, ਕੁਛ ਦੋਸਤ ਮਿੱਤਰ, ਗੂੜੀ ਦੋਸਤੀ ਲੈ ਡੁੱਬੀ ਇਹਨਾਂ। ਪੁਲਿਸ ਨੇ 6 ਮੁਲਜ਼ਮ ਫੜ ਲਏ ਨੇ, ਹੁਣ ਇੰਤਜ਼ਾਰ ਹੈ ਮੁੱਖ ਮੁਲਜ਼ਮ ਮਨਦੀਪ ਕੌਰ ਤੇ ਉਸਦੇ ਪਤੀ ਦੀ ਗ੍ਰਿਫਤਾਰੀ ਦਾ ਤਾਂ ਜੋ ਪੂਰੀ ਪਿਕਚਰ ਕਲੀਅਰ ਹੋ ਸਕੇ। ਜਦੋਂ 10 ਮੁਲਜ਼ਮ ਕਾਬੂ ਹੋ ਜਾਣਗੇ ਪਿਕਚਰ ਸਾਫ਼ ਹੋ ਜਾਊਗੀ। 5 ਕਰੋੜ ਇੱਥੇ ਆ ਗਿਆ, 6ਵਾਂ ਅਕਿਊਜ਼ ਅਸੀਂ ਫੜ ਲਿਆ ਤੁਹਾਡੇ। ਦੇਖੋ ਆ ਪਿਛਲੇ 15 ਮਿੰਟਾਂ ਦੇ ਵਿੱਚ ਹੀ ਤੁਹਾਨੂੰ ਇਹ ਦੱਸਤਾ ਵੀ 6ਵਾਂ ਅਕਿਊਜ਼ ਫੜ ਲਿਆ, ਬਾਕੀ ਜਿੱਥੇ ਮਰਜ਼ੀ ਭੱਜ ਲੈਣ। LOC ਜਾਰੀ ਕਰਾਤੀਆਂ ਉਹਨਾਂ ਦੀਆਂ, ਜਿਹੜੀ ਉਹ ਦੋਵੇਂ ਲੜਕੀ ਤੇ ਉਹਦਾ ਹਸਬੈਂਡ ਵੀ, ਉਹਦਾ ਜਿਹੜਾ ਹੈਗਾ ਉਹ ਇਹਦੇ ਵਿੱਚ ਇਨਵੋਲਵਡ ਹੈ, ਲੜਕੀ ਤੇ ਹਸਬੈਂਡ ਦੋਨਾਂ ਨੂੰ ਅਸੀਂ ਉਹਦੀਆਂ ਜਿਹੜੀਆਂ ਉਹਦੀਆਂ LOC ਜਾਰੀ ਜਿਹੜੀਆਂ ਕਰਤੀਆਂ। ਪਹਿਲਾਂ ਕਿਹਾ ਗਿਆ ਕਿ 7 ਕਰੋੜ ਰੁਪਏ ਲੁੱਟੇ ਗਏ ਨੇ, ਫਿਰ ਕਿਹਾ ਗਿਆ ਕਿ 8 ਕਰੋੜ 49 ਲੱਖ ਰੁਪਏ ਦੀ ਲੁੱਟ ਹੋਈ ਹੈ, ਪਰ ਸਥਿਤੀ ਅਜੇ ਵੀ 6-5 ਵਾਲੀ ਹੈ ਕਿ ਆਖਿਰ ਰਕਮ ਕਿੰਨੀ ਸੀ। ਪੁਲਿਸ ਮੁਤਾਬਕ ਲੁੱਟ ਤੋਂ ਬਾਅਦ ਮੁਲਜ਼ਮ 3 ਬੈਗਸ ਦੇ ਵਿੱਚ ਕੈਸ਼ ਭਰ ਕੇ ਲੈ ਕੇ ਗਏ ਜੋ ਕੁੱਲ 6 ਕਰੋੜ 33 ਲੱਖ ਰੁਪਏ ਬਣਦਾ ਹੈ। ਨਤੀਜਾ, ਕੰਪਨੀ ਅਤੇ ਮੁਲਜ਼ਮਾਂ ਵੱਲੋਂ ਦੱਸੀ ਗਈ ਰਕਮ ਮੇਲ ਨਹੀਂ ਖਾਂਦੀ, ਇਸ ਲਈ ਅਜੇ ਇਹ ਪਹੇਲੀ ਬਾਕੀ ਹੈ ਜੋ ਪੁਲਿਸ ਨੇ ਸੁਲਝਾਉਣੀ ਹੈ। 11 ਕਰੋੜ 70 ਲੱਖ ਰੁਪਏ ਦਾ ਅਮਾਊਂਟ ਦਿੱਤਾ, ਉਸ ਤੋਂ ਇਲਾਵਾ ਜਦੋਂ ਕੈਸ਼ ਗਿਣ ਕੇ ਇਹਨਾਂ ਨੇ ਕਿਹਾ ਜੀ 5.25 ਕਰੋੜ ਰੁਪਇਆ ਸਾਡਾ ਇੱਥੇ ਪਿਆ, ਰਲ ਕੇ ਕੀ ਗੱਲ ਬਣੀ? ਇਹਦਾ ਬਣਦਾ ਕਿੰਨਾ? ਪਿੱਛੇ 6 ਕਰੋੜ 32 ਲੱਖ ਜਿਹੜਾ ਜਿਹੜੀ ਚੋਰੀ ਹੋਣੀ ਜਿਹੜੀ ਇਹਨਾਂ ਦੇ ਮੁਤਾਬਕ ਸੀ। ਸ਼ਾਮ ਤੱਕ ਕਰਦਿਆਂ ਇਹਨਾਂ ਨੇ ਆਪਦੀ ਫਿਗਰ ਨੂੰ ਡਾਟਾ ਰਿਵਾਈਜ਼ ਕਰਕੇ, ਇਨੀਸ਼ਲ ਹੈ ਇਹ, ਹੱਥ ਲਿਖਤ ਹੈ ਇਹ, ਇਨੀਸ਼ਲ ਹੈ ਉਹਦੇ 'ਚ, ਆਹ ਜਿਹੜਾ ਮੇਰੇ ਹੱਥ ਦੀ ਲਿਖਤ ਹੈ ਜਿਹਦੇ ਵਿੱਚ 6 ਕਰੋੜ 32 ਲੱਖ ਰੁਪਇਆ। ਸ਼ਾਮ ਤੱਕ ਇਹ ਕਰਦਿਆਂ ਜਦੋਂ ਇਹਨਾਂ ਨੇ ਸਾਰਾ ਚੈੱਕ ਕਰਕੇ ਸਾਨੂੰ ਫਿਗਰ ਦਿੱਤੀ, ਕਹਿੰਦੇ ਜੀ ਸਾਡੀ ਚੋਰੀ ਹੈ ਜਿਹੜੀ ਉਹ 8 ਕਰੋੜ 49 ਲੱਖ ਦੀ ਹੋਈ ਹੈ, ਦੋਨੇ ਬੈਗਾਂ 'ਚ 3 ਕਰੋੜ 3 ਕਰੋੜ 6 ਕਰੋੜ, ਜਿਹੜਾ ਚੌਥੇ ਬੈਗ ਦੇ ਵਿੱਚ 5 DVR ਪਲਾਸ ਸ਼ੈਣੀਆਂ ਉਹ ਸਿਸਟਮ ਨਾਲ, ਉਹ ਤੋਂ ਇਲਾਵਾ ਜਿਹੜੇ 100-100 ਦਾ 33 ਲੱਖ ਰੁਪਇਆ ਵੀ ਉਹਦੇ ਵਿੱਚ, ਉਸ ਤੋਂ ਇਲਾਵਾ 500 ਦੇ ਨੋਟ। ਹੁਣ ਇਹ ਫਿਗਰ ਜਿਹੜੀ ਕੰਪਨੀ ਨੇ ਦੱਸੀ ਹੈ ਤੇ ਜਿਹੜੀ ਇਹ ਫੜੇ ਗਏ ਬੰਦਿਆਂ ਦੀ ਇੰਟਰੋਗੇਸ਼ਨ ਦੇ ਵਿੱਚ ਹੈ, 5 ਕਰੋੜ ਰੁਪਇਆ ਅਸੀਂ ਰਿਕਵਰ ਕਰ ਲਿਆ। ਜਿਹੜੀ 5 ਮੈਂਬਰਾਂ ਦੀ ਇੱਕ ਅਸੀਂ ਟੀਮ ਬਣਾ ਦਿੱਤੀ ਹੈ, ਉਹ ਦੁਬਾਰਾ ਕੰਪਨੀ ਵਾਲਿਆਂ ਨੂੰ ਇੱਕ ਚਿੱਠੀ ਲਿਖਤੀ ਹੈ, ਆਪਦਾ ਹਿਸਾਬ ਕਿਤਾਬ ਖਾਤਾ ਕਲੀਅਰ ਕਰੋ। ਰਾਤੋ ਰਾਤ ਬਿਨਾਂ ਮਿਹਨਤ ਦੇ ਅਮੀਰ ਹੋਣ ਦੇ ਚਮਕਦਾਰ ਸੁਪਨੇ ਨੇ ਇਹਨਾਂ ਨੌਜਵਾਨਾਂ ਦਾ ਭਵਿੱਖ ਅਜਿਹੇ ਰਾਹ ਤੇ ਪਾ ਦਿੱਤਾ ਜਿਸ ਦਾ ਦਰਵਾਜ਼ਾ ਜੇਲ੍ਹ ਦੀ ਕਾਲੀ ਕੋਠੜੀ 'ਚ ਜਾ ਖੁੱਲਦਾ। ਇਹ ਸਾਰੇ ਮੁਲਜ਼ਮ ਵਿਦੇਸ਼ ਭੱਜਣਾ ਚਾਹੁੰਦੇ ਸਨ, ਪਰ ਮਿਹਨਤ ਤੋਂ ਬਿਨਾਂ ਮੰਜ਼ਿਲ ਨਹੀਂ, ਮੁਸ਼ਕਲਾਂ ਮਿਲਦੀਆਂ ਨੇ। ਇਹ ਕੇਸ ਉਸੇ ਦੀ ਉਦਾਹਰਨ ਹੈ। ਰਾਜਪਾਲ ਅਤੇ ਮਾਨ ਦੇ ਦਰਮਿਆਨ ਚੱਲ ਰਹੀ ਜੰਗ ਹੋ ਗਈ ਹੈ ਤੇਜ਼, ਪਰ ਕੋਈ ਵੀ ਬਿਆਨਬਾਜ਼ੀਆਂ ਤੋਂ ਨਹੀਂ ਕਰ ਰਿਹਾ ਪਰਹੇਜ਼। ਪੂਰੀ ਖਬਰ ਬ੍ਰੇਕ ਦੇ ਉਸ ਪਾਰ।
पंजाब दे राजपाल ते मुख्यमंत्री दे दरमियान चल रही सियासी जंग हर कुछ दिन बाद हो जांदी है तेज, पर इस केस दे विच बयानबाजियां तो कोई भी नहीं करदा परहेज। राजपाल ने चिट्ठी भेजी, सवाल चुके संविधानिक ड्यूटी ना करन दे इल्जाम मुख्यमंत्री ते लाए। आम आदमी पार्टी भी लिस्ट बना के लै आई हर एक इल्जाम दा, सवाल विरोधियों ते भी खड़े कीते। हालांकि राजपाल ने हुण मुड़ तो पूछ लिया है कि जो विशेष इजलास बुलाया उसकी वजह की है। मुख्यमंत्री भगवंत मान साहब की सरकार नू गवर्नर्स दे राही रोजाना परेशान किया जा रहा, अपोजिशन दे लीडर एक भी हां दा नारा पंजाब दी पंजाब दे लोकां दी नहीं मारते बल्कि गवर्नर दा पक्ष पूरते नजर आया। राजपाल वर्सेस मान दी जंग तेज, बयाना तो कोई नहीं कर रहा परहेज। राजपाल ने फिर चिट्ठी लिखी तो भला फिर कि हो सकता सी कि आप जवाब न देवे। 13 जून की शाम नू लाए राजपाल दे इल्जामां ते आम आदमी पार्टी ने 14 जून की सवेर ही जवाबां दी लिस्ट बना ली। मुख्यमंत्री वालों चिट्ठियां दे जवाब न देण ते नाराज राजपाल ने 4 महीने पहला वाला सुप्रीम कोर्ट दा आर्डर चेते करवा मुख्यमंत्री मान ते संविधानिक ड्यूटी तो बेमुख होण दे इल्जाम लाए। राजपाल ने मुख्यमंत्री नू जवाब देण दे लई पाबंद दस्या अते मुख्यमंत्री वालों जवाब न दिते जाण नू संविधानिक जिम्मेवारी तो मुंह मोड़ना करार दिता। माई गवर्नमेंट वाली टिप्पणी ते भी राजपाल ने मुख्यमंत्री नू जवाब दिता है। राजपाल ने कहा कि सीएम दी सलाह विधानसभा दे अंदर उन्हां ने तुरंत मान ली सी। मानते हो इस वार ते पलटवार लई मार्च च होए विधानसभा इजलास च की वापरिया इस दी डिटेल लैके आम आदमी पार्टी दे लीडर पेश होए। गवर्नर साहब ने सरकार दियां सारियां दलील सारे आर्गूमेंट परे करते और अपने संबोधन च कह रहे हैं आई विल नॉट यूज माई गवर्नमेंट, आई विल ओनली अनाउंस माई गवर्नमेंट, ओनली गवर्नमेंट, गवर्नमेंट शब्द यूज करूंगा, माई गवर्नमेंट यूज नहीं करूंगा। ये गवर्नर साहब कह रहे हैं जिन्हां नू दो दिन पहला सवाल किया गया कहिंदे नहीं मैंने तो ऐसा कुछ कहा ही नहीं है। इस तरीके नाल साबित होंदा है कि गवर्नर साहब ने पंजाब दे लोकां नाल किस तरीके नाल झूठ बोलिया। ये लोग कॉन्स्टिट्यूशन नू समझते कुछ नहीं है। इन्हां ताने मिणे तो स्पष्ट हो गया है कि मुकाबला हुण छेती मुकेगा नहीं, क्योंकि हर कुछ दिन बाद कदे राजपाल ते कदे मान एक दूजे नू कुछ ना कुछ कह ही दिंदे ने। इस लड़ाई च घ्यो दा काम कीता 11 जून नू भगवंत मान वल्लों दिल्ली च दित्ते बयान ने ते राजपाल ने अगो अपने बयानां नाल ये लड़ाई होर पखाई। हमारा राज्यपाल हमें बजट सेशन बुलाने की इजाजत नहीं दे रहा था, हमें सुप्रीम कोर्ट आना पड़ा जी बजट सेशन बुलाने दो। तो उसने कहा हाउस में आके कहता मैं इसमें मेरी सरकार नहीं कहूंगा। मैंने कहा फिर किसकी सरकार है? कहता माई गवर्नमेंट नहीं कहूंगा। मैंने कहा जी मुझे सुप्रीम कोर्ट जाना पड़ेगा फिर दोबारा। यू हैव टू से दैट, ये मंत्रिमंडल द्वारा पास किया हुआ भाषण है, यू हैव टू रीड इट वर्ड बाय वर्ड। बोला भाई साहब मेरे 10 चिट्ठी के एक जवाब नहीं, कॉन्स्टिट्यूशन के खिलाफ कर रहे हैं वो। सुप्रीम कोर्ट में क्या डिसीजन हुआ आपको मालूम है? सुप्रीम कोर्ट ने बोला जो भी गवर्नर पूछेंगे वो डॉक्यूमेंट भी देना पड़ेगा, रिप्लाई भी देना पड़ेगा, एक क्लियर वर्ड में है। आई हैव नो रिजर्वेशन, एक बार नहीं 50 बार बोलता हूँ ना जी, मेरी सरकार है। तो उन्होंने वो हिसाब से मेरे से बर्तन भी करना चाहिए ना, एक पेटेड है ना। अब उन क्या क्या कर रहे हैं हम जमा कर रहे हैं 1 2 3 4 5 फिर बताऊंगा आपको हैं, हो जाएंगे 15-20 हो जाएंगे ना, नंबर से बताऊंगा ना आपको अगला टाइम। मेरे पास अल्टरनेटिव क्या है? अभी मैं जमा करता हूँ, जमा करने के बाद में दो ही अल्टरनेटिव है, या तो फिर सुप्रीम कोर्ट में जाऊँ या राष्ट्रपति जी के पास जाऊँ, कहीं कहीं तो जाऊँगा ही। राजपाल ने 7 अते 8 जून नू जदों सरहदी खेतर दा दौरा कीता तां अमृतसर दे विच प्रेस कॉन्फ्रेंस करदिया राजपाल ने साफ किया सी कि जे सरकार संविधान तो बाहर जाएगी तो टोकणगे भी ते रोकणगे भी। पंजाब दी इन्नी फिकर जताउण वाले राजपाल ते हालांकि आम आदमी पार्टी ने पंजाब दे मुद्दियां ते सूबे दे खिलाफ भुगतण दा इल्जाम लगाया क्योंकि ताज़ा मामला पंजाब यूनिवर्सिटी दा। इस मसले ते राजपाल ने हरियाणा दा पक्ष जो पूरिया सी। किसे विरोधी धिर दी आवाज नहीं निकली, किसे विरोधी धिर दसो निकली हो, प्रताप बाजवा जी की या सुखबीर सिंह बादल साहब की निकली हो दसन। ये सारे जाने पंजाब के खिलाफ केंद्र वालों कीतियां जा रही साजिशां का हिस्सा है और इन्हों का इस सारे मामले च लीडर है गवर्नर पंजाब।
ਵੈਸੇ ਰਾਜਪਾਲ ਅਤੇ ਮਾਨ ਸਰਕਾਰ ਦਰਮਿਆਨ ਕਈ ਮੁੱਦਿਆਂ ਤੇ ਸਿੰਘ ਫਸੇ ਹੋਏ ਨੇ, ਇਸ ਲਈ ਜਦੋਂ ਵੀ ਦੋਵਾਂ ਚੋਂ ਕਿਸੇ ਨੂੰ ਮੌਕਾ ਮਿਲਦਾ ਹੈ ਤਾਂ ਪਲਟਵਾਰ ਹੋਣ 'ਚ ਦੇਰ ਨਹੀਂ ਲੱਗਦੀ। ਗੇਟ ਤੇ ਹੀ ਲਿਖਿਆ ਹੋਇਆ ਮੁੱਖ ਦਫ਼ਤਰ ਭਾਰਤੀ ਜਨਤਾ ਪਾਰਟੀ। ਇਹ ਤਲਕ ਬਿਆਨੀ ਦੇ ਦਰਮਿਆਨ ਹੀ ਹੁਣ ਰਾਜਪਾਲ ਨੇ ਇੱਕ ਹੋਰ ਚਿੱਠੀ ਲਿਖ ਦਿੱਤੀ ਹੈ। ਇਹ ਚਿੱਠੀ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੀ ਗਈ ਹੈ, ਜਿਸ 'ਚ ਪੁੱਛਿਆ ਗਿਆ ਹੈ ਕਿ 19 ਅਤੇ 20 ਜੂਨ ਨੂੰ ਹੋਣ ਵਾਲੇ ਵਿਸ਼ੇਸ਼ ਇਜਲਾਸ 'ਚ ਕੀ ਖਾਸ ਹੈ ਅਤੇ ਇਜਲਾਸ ਕਿਸ ਮਕਸਦ ਨਾਲ ਬੁਲਾਇਆ ਗਿਆ, ਜਿਸ 'ਤੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੇ ਜਵਾਬ ਵੀ ਭੇਜਿਆ। ਕਿਹਾ ਗਿਆ ਕਿ ਪਿਛਲਾ ਇਜਲਾਸ ਅਜੇ ਚੱਲ ਹੀ ਰਿਹਾ, ਪੰਜਾਬ ਵਿਧਾਨ ਸਭਾ ਦੀ ਬਿਜ਼ਨਸ ਕਮੇਟੀ ਇਹ ਫਾਈਨਲ ਕਰੇਗੀ ਕਿ ਬਿਜ਼ਨਸ ਕੀ ਹੋਵੇਗਾ, ਇਸ ਲਈ ਹੁਣੇ ਕੁਝ ਨਹੀਂ ਦੱਸਿਆ ਜਾ ਸਕਦਾ। ਪਰ ਰਾਜਪਾਲ ਦੇ ਸਵਾਲ ਲੰਘੇ ਵਰੇ ਦਾ ਚੇਤਾ ਕਰਵਾਉਂਦੇ ਨੇ। 19 ਸਤੰਬਰ 2022 ਦਾ ਦਿਨ ਸੀ ਜਦੋਂ ਮਾਨ ਸਰਕਾਰ ਨੇ 22 ਸਤੰਬਰ ਨੂੰ ਇਜਲਾਸ ਬੁਲਾਇਆ, ਪਰ 21 ਸਤੰਬਰ ਨੂੰ ਇਜਲਾਸ ਰਾਜਪਾਲ ਨੇ ਰੱਦ ਕਰ ਦਿੱਤਾ। ਇਸ ਤੋਂ ਬਾਅਦ ਪੈਦਾ ਹੋਈ ਕੁੜੱਤਨ ਅਜੇ ਤੱਕ ਚੱਲ ਰਹੀ ਹੈ, ਜੋ ਹਰ ਇਜਲਾਸ ਤੋਂ ਪਹਿਲਾਂ ਕਿਸੇ ਨਾ ਕਿਸੇ ਰੂਪ 'ਚ ਸਾਹਮਣੇ ਆਉਂਦੀ ਹੈ, ਕਿਉਂਕਿ ਲੰਘੇ 10 ਮਹੀਨਿਆਂ ਦੇ ਅੰਦਰ ਮਾਨ ਸਰਕਾਰ ਦੇ ਕਈ ਮੁੱਦਿਆਂ ਤੇ ਗਵਰਨੈਂਸ ਨੂੰ ਲੈ ਕੇ ਸਿੰਘ ਫਸੇ ਨੇ। ਇੱਕ ਗੱਲ ਤਾਂ ਤੈਅ ਹੈ ਕਿ ਜਦੋਂ ਤੱਕ ਪੰਜਾਬ 'ਚ ਮਾਨ ਸਰਕਾਰ ਹੈ ਅਤੇ ਰਾਜਪਾਲ ਪੁਰੋਹਿਤ ਨੇ, ਉਦੋਂ ਤੱਕ ਇਹ ਖਹਿਬਾਜ਼ੀ ਦੇਖਣ ਨੂੰ ਮਿਲੇਗੀ। ਪਿਛਲੀ ਵਾਰ ਜਦੋਂ ਬਜਟ ਇਜਲਾਸ ਤੇ ਲੜਾਈ ਹੋਈ ਸੀ, ਉਦੋਂ ਸੁਪਰੀਮ ਕੋਰਟ ਨੂੰ ਮਸਲਾ ਸੁਲਝਾਉਣਾ ਪਿਆ ਸੀ, ਪਰ ਸੁਪਰੀਮ ਕੋਰਟ ਦੀ ਝਾੜ ਬਾਅਦ ਵੀ ਖਹਿਬਾਜ਼ੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪ੍ਰਸ਼ਾਸਨ ਦੇ ਭਰੋਸੇ ਬਾਅਦ ਮੰਨੇ ਨੇ ਕਿਸਾਨ ਤੇ 3 ਦਿਨ ਦੇ ਲਈ ਧਰਨੇ ਤੇ ਲਾ ਦਿੱਤਾ ਹੈ ਵਿਰਾਮ। ਪੂਰੀ ਖਬਰ ਬ੍ਰੇਕ ਦੇ ਉਸ ਪਾਰ। ਇੱਕ ਧਰਨਾ ਚੁਕਵਾਇਆ ਤੇ ਕਿਸਾਨਾਂ ਨੇ ਦੂਜਾ ਧਰਨਾ ਲਾਇਆ। ਕੁਰੂਕਸ਼ੇਤਰ ਦੇ ਵਿੱਚ 13 ਜੂਨ ਨੂੰ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਨਾਇਆ ਸੀ ਤੇ ਧਰਨਾ ਚੁਕਵਾਇਆ ਸੀ, ਪਰ ਇੱਧਰ ਰੋਹਤਕ ਅਤੇ ਦਿੱਲੀ ਨੈਸ਼ਨਲ ਹਾਈਵੇ ਤੇ ਕਿਸਾਨਾਂ ਨੇ 25 ਮੰਗਾਂ ਦੇ ਲਈ ਹੋਰ ਧਰਨਾ ਲਾ ਦਿੱਤਾ। ਹਾਲਾਂਕਿ ਪ੍ਰਸ਼ਾਸਨ ਨੇ ਇਹਨਾਂ ਕਿਸਾਨਾਂ ਨੂੰ ਵੀ ਮਨਾ ਲਿਆ। ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੀਆਂ ਮੰਗਾਂ ਕੀ ਨੇ। ਮੰਨੇ ਕਿਸਾਨ, 3 ਦਿਨਾਂ ਲਈ ਧਰਨੇ ਤੇ ਵਿਰਾਮ। 7 ਘੰਟੇ ਰਿਹਾ ਰੋਹਤਕ ਦਿੱਲੀ ਨੈਸ਼ਨਲ ਹਾਈਵੇ ਜਾਮ, ਪਰ ਪ੍ਰਸ਼ਾਸਨ ਦੇ ਭਰੋਸੇ ਦੇ ਬਾਅਦ ਕਿਸਾਨਾਂ ਨੇ ਰਾਹ ਖਾਲੀ ਕਰ ਦਿੱਤਾ। ਹਰਿਆਣਾ 'ਚ ਖਾਪ ਪੰਚਾਇਤਾਂ ਅਤੇ ਕਿਸਾਨਾਂ ਨੇ ਬਹਾਦਰਗੜ੍ਹ 'ਚ ਰੋਹਤਕ ਦਿੱਲੀ ਹਾਈਵੇ ਤੇ ਜਾਮ ਲਾਇਆ ਸੀ, ਪਰ ਜਦੋਂ ਝੱਜਰ ਦੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸਰਕਾਰ ਨਾਲ 3 ਦਿਨ ਦੇ ਅੰਦਰ ਅੰਦਰ ਗੱਲਬਾਤ ਦਾ ਭਰੋਸਾ ਦਿੱਤਾ ਤਾਂ ਉਸ ਤੋਂ ਬਾਅਦ ਜਾਮ ਖੁੱਲ੍ਹਿਆ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਕੁੰਡਲੀ ਮਾਨੇਸਰ ਪਲਵਰ ਐਕਸਪ੍ਰੈਸ ਵੇ ਤੇ ਵੀ ਬੈਠ ਗਏ ਸਨ, ਪਰ ਪੁਲਿਸ ਨੇ ਉਹਨਾਂ ਨੂੰ ਉੱਥੋਂ ਖਦੇੜ ਦਿੱਤਾ। ਭਾਰਤ ਭੂਮੀ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਬੁੱਧਵਾਰ ਨੂੰ ਹਰਿਆਣਾ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸੇ ਤਹਿਤ ਬੁੱਧਵਾਰ ਨੂੰ ਬਹਾਦਰਗੜ੍ਹ ਦੇ ਵਿੱਚ ਕਿਸਾਨਾਂ ਨੇ ਹਾਈਵੇ ਜਾਮ ਕੀਤਾ। इस पूरे विषय में जो निर्णय हुए थे उसमें थोड़ी सी कुछ शंका इन किसान भाइयों को है, तो उस विषय में मैंने अनुरोध किया है कि जी आपको अगले विद इन 3 डेज कोशिश करके हम सरकार से पुनः वार्ता करा करके वो जो शंका है उसको दूर करेंगे या जो भी उसका समाधान निकलेगा जल्द से जल्द उसका समाधान निकालेंगे। किसानों दी जो 25 मंगा ने उन्होंने विच अहम ए है कि ब्रिज भूषण शरण सिंह की गिरफ्तारी होवे, किसानों दे कर्ज माफ किए जान, ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਦਿੱਤੀ ਜਾਏ, SYL ਦੀ ਉਸਾਰੀ ਦਾ ਜ਼ਿੰਮਾ ਫੌਜ ਨੂੰ ਦਿੱਤਾ ਜਾਏ। देखिए प्रजातंत्र में बातचीत का दौर चलता है, हमारे 25 सूत्री जो मांग है उनके संदर्भ में जो सरकार की तरफ से हमारे उपायुक्त शक्ति सिंह जी ने हमें आश्वासन दिया कि 3 दिन के अंदर अंदर सरकार से वार्ता करवाई जाएगी, तो इसलिए प्रजातांत्रिक मूल्य को और संविधान को मानते हुए हमें जो है इस रास्ते को आप जो हमारा बनता आज उसको कॉल आउट कर रहे हैं। हमारी वार्ता होने के बाद फिर हम आगे का निर्णय करेंगे, लेकिन 25 की 25 मांगे कुछ हरियाणा सरकार के अंतर्गत है, कुछ सेंटर के। हमारा कहना है जो सेंटर के अंतर्गत है उनके केंद्र को सिफारिश की जाए और जो हरियाणा के क्षेत्र में आती है उनको हल किया जाए। तो हमारी जो मांग है वो उन पे बात करने के लिए जब सरकार राजी है तो आज का शांतिपूर्वक तरीके से निपटा और हमने पूर्ण रूप से यहाँ जो एम्बुलेंस है जो बच्चे हैं सबको हमने यहाँ से निकाला। धरने दौरान कई किलोमीटर दूर वाहनों की लंबी लाइन भी लग गई सी, जिस तो बाद पुलिस नु ट्रैफिक डायवर्ट करना पिया। हरियाणा बंद के सदे दौरान बहादुरगढ़ के बाजार आम वांग खुले रहे। 14 जून नु हरियाणा बंद तो बाद हुन 18 जून नु भारत बंद का भी ऐलान किया गया। ਇਸ ਤੋਂ ਪਹਿਲਾਂ ਹਾਲਾਂਕਿ ਕੁਰੂਕਸ਼ੇਤਰ 'ਚ ਸੂਰਜਮੁਖੀ ਦੇ MSP ਲਈ ਲਾਇਆ ਧਰਨਾ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਚੁਕਵਾਇਆ ਸੀ, ਪਰ ਅਗਲੇ ਹੀ ਦਿਨ ਬਹਾਦੁਰਗੜ੍ਹ 'ਚ ਵੀ ਧਰਨਾ ਲੱਗ ਗਿਆ। ਹਾਲਾਂਕਿ ਇਹਨਾਂ ਦੋਵਾਂ ਧਰਨਿਆਂ ਦੀਆਂ ਮੰਗਾਂ ਦੇ ਵਿੱਚ ਕੁਝ ਫਰਕ ਵੀ ਹੈ।
ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਪਰ ਬ੍ਰੇਕ ਦੇ ਉਸ ਪਾਰ ਤੁਹਾਨੂੰ ਦੱਸਾਂਗੇ ਕਿ ਆਖਿਰ ਹੁਣ ਕਿਹੜਾ ਪੇਪਰ ਹੋਇਆ ਲੀਕ ਜਿਸ ਦੀ ਜਾਂਚ ਕਰ ਰਹੀ ਹੈ CBI। दिल्ली एम्स के वलों करवाया गया नर्सिंग ऑफिसर्स रिक्रूटमेंट कॉमन एलिजिबिलिटी टेस्ट लीक होया, यह सवाल पैदा होया कि इस खदशे की जांच के लिए हुण CBI के वलों FIR दर्ज की गई है एक विद्यार्थन ते ते एक पंजाब दे सेंटर ते। आखिर की है पूरा मामला देखते हैं। यह पंजाब का वह संस्थान जिसते CBI ने दर्ज की है FIR, क्योंकि इल्जाम ने कि सेंटर च नर्सिंग ऑफिसर भर्ती टेस्ट दौरान नकल हुई है। एम्स दिल्ली दे नर्सिंग ऑफिसर रिक्रूटमेंट कॉमन एलिजिबिलिटी टेस्ट दौरान 3 जून नू रितु नाम दी कुड़ी दे प्रश्न पत्र दा स्क्रीनशॉट वायरल हो गया सी। इस केस दी जांच कर रही CBI ने 9 जून नू मोहाली दे ज्ञान ज्योति इंस्टीट्यूट ऑफ मैनेजमेंट एंड टेक्नोलॉजी दे खिलाफ अते रितु नाम दी कुड़ी दे खिलाफ FIR दर्ज कीती है। खदशा है कि नर्सिंग ऑफिसर रिक्रूटमेंट कॉमन एलिजिबिलिटी टेस्ट लीक होया। 3 जून नू एम्स दिल्ली वालों टेस्ट लिया गया सी। टेस्ट वाले दिन ही पेपर दे कुछ स्क्रीनशॉट्स सोशल मीडिया ते वायरल हुए। CBI वालों IPC दी धारा 420, 120B ते IT एक्ट तहत FIR दर्ज की गई है। परचा दरअसल CBI वालों दर्ज किया गया है क्योंकि पेपर वाले दिन ही क्वेश्चन पेपर दे कुछ स्क्रीनशॉट जो सीगे वो सोशल मीडिया ते वायरल हो गए सीगे, जिस तो बाद एक खदशा जताया जा रहा सीगा कि पेपर लीक हो गया है ते हुण इस संबंध विच CBI वालों परचा दर्ज कर लिया गया है। हालांकि इंस्टीट्यूट ने टेस्ट करवाउन च अपनी किसी भी भूमिका तो इनकार कीता। जांच सहयोग दे नाम ते संस्था ने CBI नु तमाम CCTV फुटेज अते 2 कंप्यूटर्स दे CPU हैंडओवर कीते ने। उस कुड़ी की मदद की है, वह ज्ञान ज्योति का इंप्लाई नहीं है, वो जिहड़ा बंदा है जिहदा नाम कि अनिल कुमार है वो TCS का इंप्लाई है। सो ये सिर्फ साडा नाम इस करके आ रहा कि वह कुड़ी का जिहड़ा एडमिट कार्ड है वो ते सेंटर का नाम ज्ञान ज्योति है, क्योंकि वो दे कुड़ी दे एडमिट कार्ड ते सेंटर का नाम ज्ञान ज्योति है, इस करके साडा नाम आ रहा। पर इनफैक्ट ये आ कि ज्ञान ज्योति का इंप्लाई कोई नहीं इनवॉल्व, ज्ञान ज्योति की अमेंडमेंट नहीं इनवॉल्व, ये तो सिर्फ तो सिर्फ TCS का बंदा है। टेस्ट एम्स दिल्ली ने एम्स दिल्ली अते दिल्ली दे ही 4 होर हस्पतालां च नर्सिंग ऑफिसर्स भर्ती करवाउण दे लई लिया सी, जिस दे हुण लीक होण दा खदशा है। फ्रंटफुट ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਪ੍ਰਦੇਸ਼, ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ ABP ਸਾਂਝਾ।